ਗੁੱਡ ਮਾਰਨਿੰਗ ਸਟੂਡੈਂਟਸ ਵੈਲਕਮ ਟੂ ਪੰਜਾਬੀ ਕਲਾਸ ਅੱਜ ਅਸੀਂ ਫੋਰਥ ਸਟੈਂਡਰਡ ਦੇ ਪੱਤਰ ਕਰਾਂਗੇ ਫਰਸਟ ਵੀਡੀਓ ਦੇ ਵਿੱਚ ਅਸੀਂ ਪੱਤਰਾਂ ਦੇ ਨਾਮ ਨਮੂਨਾ ਪੱਤਰ ਅਤੇ ਫਰਸਟ ਪੱਤਰ ਆਪਣੇ ਮਿੱਤਰ ਜਾਂ ਸਹੇਲੀ ਨੂੰ ਪੜ੍ਹਾਈ ਦੇ ਨਾਨ ਨਾਨ ਖੇਡਾਂ ਵਿੱਚ ਭਾਗ ਲੈਣ ਸੰਬੰਧੀ ਸਲਾਹ ਪੱਤਰ ਲਿਖੋ ਕਰ ਚੁੱਕੇ ਹਾਂ ਅੱਜ ਅਸੀਂ ਸੈਕਿੰਡ ਪੱਤਰ ਕਰਨਾ ਹੈ ਇਹ ਪੱਤਰ ਤੁਸੀਂ ਆਪਣੀ ਪੰਜਾਬੀ ਲੈਂਗੁਏਜ ਦੀ ਕਾਪੀਜ਼ ਦੇ ਉੱਪਰ ਲਿਖਣਾ ਹੈ ਠੀਕ ਹੈ ਗਰਲਸ ਹੈਡਿੰਗ ਲਿਖਣ ਗਿਆ ਆਪਣੀ ਸਹੇਲੀ ਨੂੰ ਪੂਰੀ ਸੰਗਤ ਤੋਂ ਬਚਣ ਲਈ ਪੱਤਰ ਲਿਖੋ ਡੰਟੀ ਬॉयਜ਼ ਲਿਖਣਗੇ ਆਪਣੇ ਮਿੱਤਰ ਨੂੰ ਬੁਰੀ ਸੰਗਤ ਤੋਂ ਬਚਣ ਲਈ ਪੱਤਰ ਲਿਖੋ ਡੰਟੀ ਠੀਕ ਹੈ ਨਾਲ ਹੀ ਨਾਲ ਬੱਚੇ ਤੁਸੀਂ ਇਸ ਹੈਡਿੰਗ ਨੂੰ ਅੰਡਰਲਾਈਨ ਕਰਨਾ ਹੈ ਜਿਸ ਤਰ੍ਹਾਂ ਕਿ ਮੈਂ ਕੀਤਾ ਹੈ ਫਿਰ ਫਾਰਮੈਟ ਸਟਾਰਟ ਹੋਏਗਾ ਬੱਚੇ ਲੈਟਰ ਦਾ ਲੈਫਟ ਹੈਂਡ ਸਾਈਡ ਤੋਂ ਹੀ ਅਸੀਂ ਕਰਾਂਗੇ ਸਭ ਤੋਂ ਪਹਿਲੇ ਪ੍ਰੀਖਿਆ ਪਵਨ ਕਮਾ ਪ੍ਰਿਕਿਆ ਤੇ ਪਵਨ ਦੇ ਵਿਚਕਾਰ ਇੱਕ ਬਾਕਸ ਸਲੀਵ ਕੀਤਾ ਗਿਆ ਹੈ ਸੇਮ ਤੁਸੀਂ ਵੀ ਇਸ ਤਰ੍ਹਾਂ ਕਰਨਾ ਹੈ ਫਿਰ ਊੜਾ ਬਿੰਦ ਬਿੰਦੀ ਐੜਾ ਬਿੰਦੀ ਈੜੀ ਬਿੰਦੀ ਕੇਂਦਰ ਕਮਾ ਕਕਾ ਬਿੰਦੀ ਖਖਾ ਬਿੰਦੀ ਗੱਗਾ ਬਿੰਦੀ ਸ਼ਹਿਰ ਡੰਡੀ ਠੀਕ ਹੈ ਪੱਤਰ ਦੇ ਵਿੱਚ ਤੁਸੀਂ ਪੰਚੁਏਸ਼ਨ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਕਮਾ ਫਿਰ ਕਮਾ ਫਿਰ ਡੰਡੀ ਆਏਗੀ ਠੀਕ ਹੈ ਉਸ ਤੋਂ ਬਾਅਦ ਅਸੀਂ ਲਿਖਾਂਗੇ ਤਰੀਕ ਮਿਤੀ ਮੈਂ ਇੱਥੇ ਲਿਖੀ ਹੈ 4 ਅਪ੍ਰੈਲ ਕਮਾ 2021 ਬਿੰਦੀ ਠੀਕ ਹੈ ਤੁਸੀਂ ਵੀ ਜਿਸ ਤਰੀਕ ਨੂੰ ਆਪਣੀ ਕਾਪੀਜ਼ ਦੇ ਉੱਪਰ ਇਹ ਪੱਤਰ ਲਿਖਣਾ ਹੈ ਤੁਸੀਂ ਉਹ ਤਰੀਕ ਇੱਥੇ ਲਿਖਣੀ ਹੈ ਠੀਕ ਹੈ ਉਸ ਤੋਂ ਬਾਅਦ ਗਰਲਸ ਲਿਖਣਗੇ ਪਿਆਰੀ ਸਹੇਲੀ ਕਮਾ ਬॉयਜ਼ ਲਿਖਣਗੇ ਪਿਆਰੇ ਮਿੱਤਰ ਕਮਾ ਮਿੱਠੀਆਂ ਯਾਦਾਂ ਡੰਡੀ ਠੀਕ ਹੈ ਅਸੀਂ ਲੈਫਟ ਹੈਂਡ ਸਾਈਡ ਤੋਂ ਹੀ ਸ਼ੁਰੂ ਕਰਾਂਗੇ ਲੈਟਰ ਨੂੰ ਲਿਖਣਾ ਉਸ ਤੋਂ ਬਾਅਦ ਫਰਸਟ ਪੈਰਾ ਸਾਰੇ ਦੇਖੋਗੇ ਰਾਜੀ ਖੁਸ਼ੀ ਉਪਰੰਤ ਸਮਾਚਾਰ ਇਹ ਹੈ ਕਿ ਮੈਨੂੰ ਕੱਲ ਹੀ ਤੇਰੇ ਮਾਤਾ ਜੀ ਦਾ ਪੱਤਰ ਮਿਲਿਆ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਤੇਰੀ ਦੋਸਤੀ ਅਜੇ ਹੀਆਂ ਸਹੇਲੀਆਂ ਨਾਲ ਹੋ ਗਈ ਹੈ ਜੋ ਝੂਠ ਬੋਲਦੀਆਂ ਹਨ ਤੇ ਆਪਣੇ ਸਹਿਪਾਠੀਆਂ ਦੀਆਂ ਚੀਜ਼ਾਂ ਵੀ ਚੋਰੀ ਕਰਦੀਆਂ ਹਨ ਤੇ ਜਮਾਤ ਵਿੱਚ ਆਵਾ ਤਬਾ ਵੀ ਬੋਲਦੀਆਂ ਹਨ ਤੇ ਸਕੂਲ ਦਾ ਕੰਮ ਵੀ ਸਮੇਂ ਸਿਰ ਨਹੀਂ ਕਰਦੀਆਂ ਹਨ ਡੰਡੀ ਜਿੱਥੇ ਫਸਟ ਪੈਰਾ ਫਿਨਿਸ਼ ਹੋਏਗਾ ਉੱਥੇ ਤੁਸੀਂ ਨਾਲ ਹੀ ਡੰਡੀ ਲਗਾਉਗੇ ਨੈਕਸਟ ਪੈਰਾ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਫਰਸਟ 5 ਬਾਕਸ ਲੀਵ ਕਰਨੇ ਹਨ ਠੀਕ ਹੈ 1 2 3 4 5 5 ਬਾਕਸ ਲੀਵ ਕਰਕੇ ਗਰਲਸ ਲਿਖਣ ਗਿਆ ਪਿਆਰੀ ਸਹੇਲੀ ਗੀਤ ਅੱਗੇ ਆਏਗਾ ਸਾਈਨ ਆਫ ਐਕਸਲਮੇਟਰੀ ਠੀਕ ਹੈ ਬॉयਜ਼ ਲਿਖਣਗੇ ਪਿਆਰੇ ਮਿੱਤਰ ਪ੍ਰੀਤ ਸਾਈਨ ਆਫ ਐਕਸਲਮੇਟਰੀ ਇੱਥੇ ਬੇਟਾ ਤੁਸੀਂ ਆਪਣੇ ਫਰੈਂਡਸ ਦਾ ਨਾਮ ਵੀ ਲਿਖ ਸਕਦੇ ਹੋ ਠੀਕ ਹੈ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਇੱਕ ਗੰਦੀ ਮੱਛੀ ਸਾਰੇ ਤਲਾਹ ਨੂੰ ਗੰਦਾ ਕਰ ਦਿੰਦੀ ਹੈ ਉਸ ਤਰ੍ਹਾਂ ਅਜਿਹੇ ਵਿਦਿਆਰਥੀ ਆਪ ਤਾਂ ਕੁਰਾਹੇ ਪਏ ਹੋਏ ਹਨ ਤੇ ਦੂਜੇ ਵਿਦਿਆਰਥੀਆਂ ਨੂੰ ਵੀ ਪਾ ਰਹੇ ਹਨ ਤੈਨੂੰ ਅਜਹੀਆਂ ਸਹੇਲੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੀ ਪੜ੍ਹਾਈ 'ਤੇ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਡੰਡੀ ਠੀਕ ਹੈ ਪੈਰਾ ਸੈਕਿੰਡ ਪੈਰਾ ਖਤਮ ਹੋਣ ਤੋਂ ਬਾਅਦ ਫਿਰ ਤੁਸੀਂ ਡੰਡੀ ਲਗਾਓਗੇ ਉਸ ਤੋਂ ਬਾਅਦ ਅਸੀਂ ਕਰਾਂਗੇ ਲਾਸਟ ਪੈਰਾ ਸਭ ਦੇਖੋਗੇ ਇਸ ਤਰ੍ਹਾਂ ਹੀ ਅਸੀਂ ਲਾਸਟ ਪੈਰੇ ਤੋਂ ਵੀ ਪਹਿਲਾਂ ਅਸੀਂ ਫਾਈਵ ਬਾਕਸ ਲੀਵ ਕਰਾਂਗੇ ਜਿਸ ਤਰ੍ਹਾਂ ਹੀ ਪਹਿਲਾਂ ਵੀ ਕੀਤੇ ਸਨ ਠੀਕ ਹੈ ਮੈਨੂੰ ਆਸ ਹੈ ਤੂੰ ਮੇਰੀਆਂ ਉਪਰ ਦਿੱਤੀਆਂ ਹੋਈਆਂ ਨਸੀਹਤਾਂ ਤੇ ਅਮਲ ਜ਼ਰੂਰ ਕਰੇਂਗੀ ਤੇ ਅਜਿਹੀਆਂ ਸਹੇਲੀਆਂ ਤੋਂ ਦੂਰ ਰਹेंगी ਤੇ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵੇਂਗੀ ਮੇਰੇ ਵੱਲੋਂ ਅੰਕਲ ਆਂਟੀ ਨੂੰ ਸਤ ਸ੍ਰੀ ਅਕਾਲ ਅਤੇ ਕੀਰਤ ਨੂੰ ਪਿਆਰ ਡੰਡੀ ਠੀਕ ਹੈ ਇਸ ਦੇ ਨਾਲ ਹੀ ਸਾਡਾ ਇਹ ਪੱਤਰ ਫਿਨਿਸ਼ ਹੁੰਦਾ ਹੈ ਤੇ ਲਾਸਟ ਤੇ ਬਿٹے ਗਰਲਸ ਲਿਖਣ ਗਿਆ ਤੇਰੀ ਸਹੇਲੀ ਕਮਾ ਇੱਥੇ ਤੁਸੀਂ ਆਪਣਾ ਆਪਣਾ ਨੇਮ ਲਿਖਣਾ ਹੈ ਠੀਕ ਹੈ ਗਰਲਸ ਨੇ ਆਪਣਾ ਲਿਖਣਾ ਹੈ ਤੇ ਬॉयਜ਼ ਲਿਖਣਗੇ ਤੇਰਾ ਮਿੱਤਰ ਕਮਾ ਇੱਥੇ ਬॉयਜ਼ ਆਪਣਾ ਆਪਣਾ ਨੇਮ ਲਿਖ ਕੇ ਡੰਡੀ ਲਗਾਉਣਗੇ ਠੀਕ ਹੈ ਇਸ ਤਰ੍ਹਾਂ ਪੱਤਰ ਲੈਫਟ ਹੈਂਡ ਸਾਈਡ ਤੋਂ ਸ਼ੁਰੂ ਹੋਇਆ ਤੇ ਬੇਟਾ ਲੈਫਟ ਹੈਂਡ ਸਾਈਡ ਤੇ ਹੀ ਇਹ ਫਿਨਿਸ਼ ਹੋਵੇਗਾ ਲੈਟਰ ਫਿਨਿਸ਼ ਹੋਣ ਤੋਂ ਬਾਅਦ ਤੁਸੀਂ ਫਿਰ ਡਬਲ ਲਾਈਨ ਡਰਾਪ ਕਰੋਗੇ ਤੇ ਸੁੰਦਰ-ਸੁੰਦਰ ਲਿਖਾਈ ਦੇ ਵਿੱਚ ਵੀਡੀਓ ਦੀ ਹੈਲਪ ਦੇ ਨਾਲ ਆਪਣੀਆਂ ਕਾਪੀਜ਼ ਦੇ ਉੱਪਰ ਜ਼ਰੂਰ ਲਿਖੋਗੇ ਥੈਂਕ ਯੂ